ਦੇ ਵਿੱਚੋਂ ਲਗਾਤਾਰ ਨਤੀਜੇ ਆ ਰਹੇ ਹਨ। ਸ਼ੁਰੂਆਤੀ ਰੁਝਾਨ ਦੇ ਵਿੱਚ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਅੱਗੇ ਚੱਲਦੇ ਹਨ। ਗੁਰਜੀਤ ਸਿੰਘ ਔਜਲਾ ਮੇਰੇ ਨਾਲ ਨੇ। ਔਜਲਾ ਸਾਹਿਬ, ਕੀ ਕਹਿਣਾ ਤੁਸੀਂ, ਸ਼ੁਰੂਆਤੀ ਰੁਝਾਨ ਦੇ ਵਿੱਚ ਕਾਫੀ ਅੱਗੇ ਚੱਲਦੇ ਹੋ, ਕੀ ਕਹਿਣਾ ਤੁਸੀਂ? ਬਿਲਕੁਲ ਜੀ, ਇਹ ਲੋਕਾਂ ਦਾ ਫੈਸਲਾ ਹੈ, ਲੋਕਾਂ ਹੀ ਵੋਟ ਪਾਈ ਹੈ, ਔਰ ਮੈਂ ਸਮਝਦਾ ਲੋਕਾਂ ਨੇ ਇੱਕ ਵਿਸ਼ਵਾਸ ਪ੍ਰਗਟ ਕੀਤਾ ਮੇਰੇ 'ਚ ਕਿ ਮੈਂ ਦੁਬਾਰਾ ਤੋਂ ਅੰਮ੍ਰਿਤਸਰ ਨੂੰ ਲੀਡ ਕਰਾਂ। ਅਤੇ ਇਹ ਲੋਕ ਫਤਵਾ ਆ ਜਿਹੜਾ ਹੱਕ 'ਚ ਚੱਲ ਰਿਹਾ, ਅਤੇ ਮੈਨੂੰ ਆਸ ਹੈ ਕਿ ਵੱਡੀ ਲੀਡ ਨਾ ਆਪਾਂ ਜਿੱਤਾਂਗੇ। ਕੀ ਲੱਗਦਾ ਤੁਹਾਨੂੰ, ਕਿਹੜੇ ਕਿਹੜੇ ਮੁੱਖ ਮੁੱਦੇ ਰਹੇ ਜਿਨ੍ਹਾਂ ਨੇ ਤੁਹਾਨੂੰ ਲੀਡ ਦਵਾਈ ਆ? ਇੱਕ ਤਾਂ ਮੇਰਾ ਲੋਕਾਂ 'ਚ ਰਹਿਣਾ, ਇੱਕ ਕੰਮ ਕਰਨਾ ਲੋਕਾਂ ਲਈ, 2 ਸਾਲ ਦੇ ਜਿਹੜੇ ਕੀਤੇ ਕੰਮ ਸੀ ਉੱਤੇ ਲੋਕਾਂ ਨੇ ਮੋਹਰ ਲਾਈ ਹੈ, ਔਰ ਇਹ ਮੁੱਦਿਆਂ ਨੂੰ ਲੋਕਾਂ ਨੇ ਚੰਗਾ ਸਮਝਿਆ ਕਿ ਅੰਮ੍ਰਿਤਸਰ ਦੀ ਪਹਿਲੀ ਵਾਰੀ ਕਿਸੇ ਨੇ ਆਵਾਜ਼ ਉਠਾਈ ਹੈ। ਕੁਦਰਤੀ ਗੱਲ, ਜਿਹੜਾ ਬੰਦਾ ਕੰਮ ਕਰਦਾ ਉਹਦੇ 'ਤੇ ਮੋਹਰ ਲੋਕ ਲਾਉਂਦੇ ਨੇ, ਇਸ ਕਰਕੇ ਲੋਕਾਂ ਨੇ ਮੋਹਰ ਲਾ ਕੇ ਦੁਬਾਰਾ ਭੇਜਿਆ। ਅੱਛਾ, ਜਿਹੜਾ ਇੱਕ ਸ਼ੁਰੂ 'ਚ ਆਵਾਜ਼ ਉੱਠ ਰਹੀ ਸੀ ਕਿਉਂਕਿ ਲੋਕਲ ਕੈਂਡੀਡੇਟ ਨਹੀਂ ਮਿਲਿਆ ਅਤੇ ਫਿਰ ਬਾਹਰੋਂ ਕੈਂਡੀਡੇਟ ਲਿਆਂਦਾ ਗਿਆ, ਹਰਦੀਪ ਸਿੰਘ ਪੁਰੀ, ਜਿਹੜੇ ਹਾਲਾਂਕਿ ਮੰਤਰੀ ਹੋਣ ਦੇ ਬਾਵਜੂਦ ਉਹਨਾਂ ਨੇ ਕਿਹਾ ਕਿ ਜੇ ਮੈਨੂੰ ਜਿਤਾਓ ਤਾਂ ਮੈਂ ਤੁਹਾਡੇ ਵਾਸਤੇ ਬਹੁਤ ਕੁਝ ਕਰਾਂਗਾ। ਇਸ ਤੋਂ ਪਹਿਲਾਂ ਅਰੁਣ ਜੇਟਲੀ ਵੀ ਆਏ ਸਨ, ਤਾਂ ਤੁਹਾਡਾ ਕੀ ਕਹਿਣਾ, ਤੁਹਾਨੂੰ ਇਸ ਚੀਜ਼ ਦਾ ਬੈਨੀਫਿਟ ਮਿਲਿਆ? ਨਹੀਂ, ਬੈਨੀਫਿਟ ਵੀ ਮਿਲਿਆ, ਪਰ ਹਰਦੀਪ ਪੁਰੀ ਜੀ ਜਦੋਂ ਇਹੋ ਜਿਹੀ ਨੈਗੇਟਿਵ ਰਾਜਨੀਤੀ ਕਰਦੇ ਉਹ ਗਲਤ ਹੈ। ਹਰਦੀਪ ਪੁਰੀ ਤਾਂ ਪਹਿਲਾਂ ਰਾਜ ਮੰਤਰੀ ਹੈ, ਰਾਜ ਸਭਾ ਮੈਂਬਰ ਨੇ, ਉਹ ਤਾਂ ਮੰਤਰੀ ਬਣ ਸਕਦੇ ਨੇ। ਉਹਨਾਂ ਨੂੰ ਇਹ ਧਮਕੀ ਦੇਣੀ ਕਿ ਮੈਨੂੰ ਜਿਤਾਓ ਮੈਂ ਕਰਾਂਗਾ, ਉਹਨਾਂ ਨੂੰ ਹੁਣ ਕੰਮ ਕਰਨੇ ਪੈਣੇ ਆ। ਜੇ ਉਹ ਉਹਨਾਂ ਦੀ ਸਰਕਾਰ ਉੱਤੇ ਹੋਈ ਤਾਂ ਮੈਂ ਉਹਨਾਂ ਨੂੰ ਕਹੂੰਗਾ ਕਿ ਹੁਣ ਅੰਮ੍ਰਿਤਸਰ ਦੇ ਵਾਅਦੇ ਕੀਤੇ ਕਰੋ ਪੂਰੇ। ਸੋ ਪਬਲਿਕਲੀ ਪੋਜ਼ਿਟਿਵਲੀ ਕੰਮ ਕਰਨਾ ਚਾਹੀਦਾ, ਜੇ ਲੋਕ ਤੁਹਾਨੂੰ ਵੋਟ ਦਿੰਦੇ ਆ ਤਾਂ ਲੋਕਾਂ ਦਾ ਯਕੀਨ ਜਿਹੜਾ ਬਾਹਰ ਰੱਖਣਾ ਚਾਹੀਦਾ। ਹੁਣ ਤੱਕ ਦੇ ਜਿਹੜੇ ਰੁਝਾਨ ਨੇ ਉਹਦੇ ਵਿੱਚ ਪੰਜਾਬ ਦੇ ਵਿੱਚ ਵੀ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਅਤੇ ਗੁਰਦਾਸਪੁਰ ਤੋਂ ਸਨੀ ਦਿਓਲ ਔਰ ਸੁਖਬੀਰ ਬਾਦਲ ਔਰ ਹਰਸਿਮਰਤ ਬਾਦਲ ਇਹ ਅੱਗੇ ਜਾ ਰਹੇ ਨੇ, ਹਾਲਾਂਕਿ ਬਹੁਤਾ ਜ਼ਿਆਦਾ ਫਰਕ ਨਹੀਂ ਪਰ ਹਾਲੇ ਤੱਕ ਅੱਗੇ ਜਾ ਰਹੇ ਨੇ। ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਵਾ ਜਿਹੜਾ ਇੱਕ ਬੇਅਦਬੀ ਦਾ ਬੜਾ ਵੱਡਾ ਇੱਕ ਜਿਹੜਾ ਮਾਮਲਾ ਉੱਠਿਆ ਸੀਗਾ, ਉਸ ਨੂੰ ਲੋਕਾਂ ਨੇ ਅੱਖੋਂ ਪਰੋਕੇ ਕੀਤਾ? ਕੁਦਰਤੀ ਗੱਲ ਹੈ, ਜੇ ਉਹ ਅੱਗੇ ਜਾਣਗੇ ਤਾਂ ਫਿਰ ਤਾਂ ਕੁਦਰਤੀ ਗੱਲ ਹੈ ਕਿ ਬੇਅਦਬੀ ਦੇ ਮਾਮਲੇ ਨੂੰ ਵੀ ਲੋਕਾਂ ਨੇ ਸਾਈਡ 'ਤੇ ਕੀਤਾ, ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਹੈ। ਪਰ ਅਜੇ ਰਿਜ਼ਲਟ ਮੇਰਾ ਖਿਆਲ ਹੈ ਆ ਜਾਣ, ਅੱਧ ਕੁ ਟੱਪ ਜੇ ਫਿਰ ਹੀ ਪਤਾ ਲੱਗਣਾ ਕੌਣ। ਅਤੇ ਨਵਜੋਤ ਸਿੰਘ ਸਿੱਧੂ ਦਾ ਫੈਕਟਰ ਵੀ, ਜੋ ਉਹਨਾਂ ਨੇ ਬਿਆਨਾਤ ਦਿੱਤੇ ਪਹਿਲੋਂ, ਬਿਲਕੁਲ ਉਸ ਕੰਢੇ 'ਤੇ ਜਾ ਕੇ ਬਿਆਨਾਤ ਦੇ ਦਿੱਤੇ ਕੈਪਟਨ ਦੇ ਖਿਲਾਫ, ਉਹਦਾ ਵੀ ਅਸਰ ਹੋਇਆ ਵਾ। ਦੇਖੋ ਉਸ ਚੀਜ਼ ਦੇ ਨਾਲ ਵੀ ਨੁਕਸਾਨ ਹੁੰਦਾ ਹੈ। ਜੇ ਆਪਾਂ ਕੋਈ ਇਹੋ ਜਿਹੀ ਗੱਲ ਕਰ ਦਈਏ ਵੀ ਆਪਣੇ ਇੱਕ ਜਿਹੜਾ ਬੰਦਾ ਲੀਡ ਕਰ ਰਿਹਾ ਸਟੇਟ ਨੂੰ, ਜਿਹੜਾ ਇੱਕ ਇਹਦਾ ਮਤਲਬ ਵੱਡਾ ਲੀਡਰ ਹੈ, ਉਹਦੇ ਅਗੇਂਸਟ ਇਹੋ ਜਿਹੇ ਬਿਆਨ ਦੇ ਦੇਣੇ, ਕੁਦਰਤੀ ਗੱਲ ਹੈ ਉਹ ਵੀ ਸੀ ਉਸ ਸੀਟ 'ਤੇ ਜਿੱਥੇ ਮਤਲਬ ਅਕਾਲੀ ਦਲ ਨਾਲ ਸਿੱਧੀ ਟੱਕਰ ਹੋਵੇ, ਉਹਦਾ ਨੁਕਸਾਨ ਤਾਂ ਹੋਇਆ ਹੋਊਗਾ, ਜ਼ਰੂਰ ਹੋਇਆ ਹੋਊਗਾ। ਜਸ਼ਨਾਂ ਦੀ ਤਿਆਰੀ ਹੋ ਰਹੀ ਹੈ ਜੀ? ਬਿਲਕੁਲ, ਜਸ਼ਨ ਜਸ਼ਨ ਹੀ ਜਸ਼ਨ ਹੈ ਜੀ, ਤੁਹਾਡੇ ਨਾਲ ਖੜ੍ਹੇ ਹਾਂ ਔਰ ਪਬਲਿਕ ਚੱਲਦੇ ਆ, ਬਾਹਰ ਲੋਕ ਵੇਟ ਕਰ ਰਹੇ ਨੇ।